ਤਾਂ ਇਹਨਾਂ ਦੀਆਂ ਕਰਤੂਤਾਂ ਦੇਖ ਲਵੋ, ਕਿਵੇਂ ਸਰਕਾਰੀ ਕਾਲਜ ਦੇ ਵਿੱਚ ਬੈਠ ਕੇ ਰੰਗ ਰਲੀਆਂ ਮਨਾ ਰਹੇ ਨੇ, ਸ਼ਰਾਬਾਂ ਪੀ ਰਹੇ ਨੇ। ਜੇ ਕਿਸੇ ਨੇ ਰੋਕਿਆ ਤਾਂ ਦੇਖੋ ਕਿਵੇਂ ਬੇਸ਼ਰਮਾਂ ਦੇ ਵਾਂਗ ਆਪਣਾ ਪ੍ਰਾਈਵੇਟ ਪਾਰਟ ਦਿਖਾਉਣ ਲੱਗ ਪਿਆ ਇਹ ਕਰਮਚਾਰੀ। ਤਾਂ ਤਸਵੀਰਾਂ ਦੇਖ ਤੁਸੀਂ ਕੀ ਕਹਿਣਾ ਚਾਹੋਗੇ। ਸ਼ਰਾਬ ਦਾ ਅੱਡਾ ਬਣਾ ਲਿਆ ਇਹਨਾਂ ਨੇ ਸਰਕਾਰੀ ਕਾਲਜ ਨੂੰ। ਦੇਖੋ ਕਿਵੇਂ ਸ਼ਰੇਆਮ ਦਾਰੂ ਪੀ ਰਹੇ ਸੀ। ਕਾਲਜ ਦਾ ਸਮਾਂ ਸੀ, ਇਹ ਵੀ ਨਹੀਂ ਕਿ ਕਾਲਜ ਬੰਦ ਹੋ ਚੁੱਕਾ ਸੀ ਆ, ਛੁੱਟੀ ਹੋਣ ਤੋਂ ਬਾਅਦ ਇਹ ਬੈਠੇ। ਪਹਿਲੀ ਗੱਲ, ਬਹਿਣਾ ਗਲਤ, ਤੇ ਕਾਲਜ ਸਮੇਂ ਦੇ ਵਿੱਚ ਇਹ ਸਭ ਕੁਝ ਕਰ ਰਹੇ ਨੇ ਕਰਮਚਾਰੀ। ਤਾਂ ਤੁਸੀਂ ਆਪ ਅੰਦਾਜ਼ਾ ਲਗਾ ਲਵੋ ਕਿ ਕਰਮਚਾਰੀ ਕੀ ਕੁਝ ਕਰਦੇ ਹੋਣਗੇ ਕਾਲਜ ਦੇ ਵਿੱਚ, ਜਿੱਥੇ ਬੱਚੇ ਪੜ੍ਹਨ ਆਉਂਦੇ ਨੇ, ਮਾਂ ਬਾਪ ਬੜਾ ਭਰੋਸਾ ਕਰਕੇ ਕਾਲਜ 'ਤੇ ਆਪਣੇ ਬੱਚਿਆਂ ਨੂੰ ਇਹਨਾਂ ਦੇ ਹਵਾਲੇ ਕਰਦੇ ਨੇ। ਸਭ ਤੋਂ ਵੱਧ ਟਾਈਮ ਜਦ ਡਿਗਰੀ ਚੱਲਦੀ ਆ ਬੱਚਿਆਂ ਦੀ, ਤਾਂ ਸਭ ਤੋਂ ਵੱਧ ਸਮਾਂ ਬੱਚੇ ਆਪਣੇ ਕਾਲਜ ਦੇ ਵਿੱਚ ਬਿਤਾਉਂਦੇ ਨੇ। ਤਾਂ ਕਾਲਜ ਦੇ ਵਿੱਚ ਦੇਖੋ ਕਿਹੜੀਆਂ ਹਰਕਤਾਂ ਕਰ ਰਹੇ ਨੇ ਇਹ ਚੌਥੇ ਦਰਜੇ ਦੇ ਕਰਮਚਾਰੀ। ਤਾਂ ਦੱਸ ਦਈਏ ਕਿ ਇਹ ਸਰਕਾਰੀ ਕਾਲਜ ਦੀਆਂ ਤਸਵੀਰਾਂ ਨੇ, ਜਿੱਥੇ ਕਰਮਚਾਰੀ ਸ਼ਰਾਬਾਂ ਪੀ ਰਹੇ ਨੇ, ਰੰਗ ਰਲੀਆਂ ਮਨਾ ਰਹੇ ਨੇ। ਇੱਕ ਸਟੂਡੈਂਟ ਦੇ ਵੱਲੋਂ ਰੋਕਿਆ ਗਿਆ ਤਾਂ ਦੇਖੋ ਉਸਨੂੰ ਕਿਵੇਂ ਆਪਣਾ ਪ੍ਰਾਈਵੇਟ ਪਾਰਟ ਦਿਖਾਉਣ ਲੱਗਿਆ ਇਹ ਕਰਮਚਾਰੀ। ਇਸ ਦੀ ਤਸਵੀਰ ਨੂੰ ਗੌਰ ਦੇ ਨਾਲ ਦੇਖੋ ਕਿੰਨਾ ਬੇਸ਼ਰਮ ਹੋ ਕੇ ਇੱਕ ਤਾਂ ਕਾਲਜ ਦੇ ਅੰਦਰ ਬੈਠ ਕੇ ਸ਼ਰਾਬ ਪੀ ਰਹੇ ਸੀ, ਜੇ ਕਿਸੇ ਨੇ ਰੋਕਿਆ ਤਾਂ ਦੇਖੋ ਕਿਵੇਂ ਉਸਨੂੰ ਆਪਣਾ ਪ੍ਰਾਈਵੇਟ ਪਾਰਟ ਦਿਖਾਉਣ ਲੱਗੇ। ਤਾਂ ਤੁਹਾਨੂੰ ਦੱਸਦੇ ਹਾਂ ਲੋਕੇਸ਼ਨ ਕਿੱਥੋਂ ਦੀ ਹੈ, ਕਿੱਥੋਂ ਦਾ ਕਾਲਜ ਹੈ, ਧਿਆਨ ਨਾਲ ਤੁਹਾਨੂੰ ਦੱਸਦੇ ਹਾਂ। ਪਰ ਦੇਖੋ ਇਹ ਤਸਵੀਰਾਂ, ਇਹਨਾਂ ਦੀਆਂ ਸ਼ਕਲਾਂ ਨੂੰ ਦੇਖੋ ਕਿਵੇਂ ਬੇਸ਼ਰਮਾਂ ਦੇ ਵਾਂਗ ਦਿਨ ਦਿਹਾੜੇ ਇਹ ਸ਼ਰਾਬਾਂ ਪੀ ਰਹੇ ਨੇ, ਉਹ ਵੀ ਕਾਲਜ ਪਰਿਸਰ ਦੇ ਅੰਦਰ। ਤਾਂ ਦੱਸ ਦਈਏ ਕਿ ਫਰੀਦਕੋਟ ਦੀਆਂ ਇਹ ਤਸਵੀਰਾਂ ਨੇ, ਜਿੱਥੇ ਸ਼ਰੇਆਮ ਸ਼ਰਾਬ ਪੀ ਰਹੇ ਸੀ ਚੌਥੇ ਦਰਜੇ ਦੇ ਕਰਮਚਾਰੀ। ਕਾਲਜ ਦਾ ਸਮੇਂ ਸੀ, ਹਾਲੇ ਛੁੱਟੀਆਂ ਵੀ ਨਹੀਂ ਹੋਈਆਂ ਸੀ, ਲੋਕਾਂ ਦੀਆਂ ਧੀਆਂ ਇੱਥੇ ਪੜ੍ਹਨ ਆਉਂਦੀਆਂ ਨੇ, ਭੈਣਾਂ ਪੜ੍ਹਨ ਆਉਂਦੀਆਂ ਨੇ, ਪਰ ਇਹਨਾਂ ਨੂੰ ਇਹ ਵੀ ਸ਼ਰਮ ਲਿਹਾਜ਼ ਨਹੀਂ ਸੀ ਇਹਨਾਂ ਨੇ ਚੱਲਦੇ ਕਾਲਜ ਦੇ ਵਿੱਚ। ਜਿਸ ਵੇਲੇ ਬੱਚੇ ਕਾਲਜ ਦੇ ਵਿੱਚ ਮੌਜੂਦ ਸਨ, ਇਹਨਾਂ ਨੇ ਇੱਕ ਕਮਰੇ ਦੇ ਅੰਦਰ ਬੈਠ ਕੇ ਦਾਰੂ ਪੀਤੀ ਹੈ। ਇੰਝ ਜਾਪ ਰਿਹਾ ਹੈ ਕਿ ਇਹਨਾਂ ਨੂੰ ਕਿਸੇ ਦਾ ਡਰ ਹੀ ਨਾ ਹੋਵੇ, ਜਾਂ ਫਿਰ ਇਹਨਾਂ ਨੂੰ ਰੋਕਣ ਵਾਲਾ ਕੋਈ ਨਾ ਹੋਵੇ। ਕਾਲਜ ਦੇ ਵਾਟਰ ਵਰਕਰਸ ਆਫਿਸ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਸੀ। ਪ੍ਰਿੰਸੀਪਲ ਰਾਜੇਸ਼ ਕੁਮਾਰ ਜਲਦ ਮੀਟਿੰਗ ਬੁਲਾਉਣਗੇ ਅਤੇ ਇਹਨਾਂ ਚਾਰਾਂ ਨੂੰ ਜਿਹੜੇ ਸਸਪੈਂਡ ਵੀ ਕੀਤਾ ਜਾਵੇਗਾ। ਪਰ ਇਹਨਾਂ ਦੇ ਹੌਸਲੇ ਵੇਖੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਜਿਹੜੀ ਇਹਨਾਂ ਨੇ ਹਰਕਤ ਕੀਤੀ ਹੈ, ਇੱਕ ਤਾਂ ਸ਼ਰਾਬ ਪੀ ਰਹੇ ਸੀ, ਜੇ ਕਿਸੇ ਨੇ ਰੋਕਿਆ ਤਾਂ ਉਸਨੂੰ ਇਹ ਬੇਸ਼ਰਮ ਕਰਮਚਾਰੀ ਆਪਣਾ ਪ੍ਰਾਈਵੇਟ ਪਾਰਟ ਦਿਖਾਉਣ ਲੱਗਾ। ਅਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਕਰਕੇ ਸਾਨੂੰ ਜ਼ਰੂਰ ਦੱਸਿਓ। ਕੀ ਸਜ਼ਾ ਹੋਣੀ ਚਾਹੀਦੀ ਹੈ ਕਾਲਜ ਦੇ ਅੰਦਰ ਬੈਠ ਕੇ, ਵਿੱਦਿਆ ਦੇ ਮੰਦਰ ਅੰਦਰ ਬੈਠ ਕੇ ਸ਼ਰਾਬ ਪੀਣ ਦੀ ਅਤੇ ਇਹ ਹਰਕਤਾਂ ਕਰਨ ਦੀ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ।